ਇੱਧਰੋਂ ਅਸੀਂ ਲਾਈਟ ਔਨ ਨਹੀਂ ਕੀਤੀ, ਥੋੜ੍ਹਾ ਇਸ ਕਮਰੇ 'ਚ ਹਨੇਰਾ ਵਾ ਜੀ, ਉਹ ਵੀ ਖਿੜਕੀ ਆ ਉੱਧਰ ਨੂੰ ਲਾਈਟ ਲੱਗੀ ਹੋਈ ਆ, ਥੜਾ ਸਾਹਿਬ ਆ। ਅਸੀਂ ਬੜੇ ਸੰਖੇਪ 'ਚ ਤੁਹਾਨੂੰ ਛੇਤੀ ਛੇਤੀ ਦਰਸ਼ਨ ਕਰਾ ਰਹੇ ਹਾਂ, ਪਰ ਆਪ ਜੀ ਅੱਗੇ ਬੇਨਤੀ ਆ ਕਿ ਜਿਹੜਾ ਤੁਸੀਂ ਵੀ ਆ ਸੰਗਤ ਦੇ ਨਾਲ ਸਾਂਝ ਜ਼ਰੂਰ ਪਾਓ। ਆਹ ਜੀ ਹੁਣ ਜਿੱਥੇ ਆ ਚਾਦਰ ਵਿਛੀ ਹੋਈ ਹੈ, ਇਸ ਵੇਲੇ ਇੱਥੇ ਸਿਰਫ ਇੱਕ ਥੜੇ ਦੇ ਰੂਪ ਦੇ ਵਿੱਚ ਪੱਥਰ ਦੀਆਂ ਸਿਲਾਂ ਲੱਗੀਆਂ ਹੋਈਆਂ, ਪਰ ਅਸਲੀਅਤ 'ਚ ਸਾਧ ਸੰਗਤ ਜੀ ਇਹ ਉਹ ਥਾਂ ਸੀ ਜਿੱਥੇ ਚੱਕੀ ਲੱਗੀ ਹੋਈ ਸੀ। ਠੀਕ ਹੈ ਜੀ, ਚੱਕੀ ਜੀ ਇਹਨੂੰ ਕਹਿੰਦੇ ਜਿਹਨੂੰ ਨਹੀਂ ਪਤਾ ਲੱਗਦਾ, ਜੇ ਕਿਸੇ ਵੀਰ ਭੈਣ ਨੂੰ ਨਾ ਪਤਾ ਲੱਗੇ, ਇਹ ਉਹ ਥਾਂ ਵਾ ਜੀ ਜਦੋਂ ਚੱਕੀ ਚੱਲਦੀ ਵੇਖੀ ਗੁਰੂ ਸਾਹਿਬ ਦੀ ਆਪ, ਅਤੇ ਬਾਬਰ ਦੇ ਅਹਿਲਕਾਰਾਂ ਨੇ ਬਾਬਰ ਨੂੰ ਦੱਸਿਆ ਕਿ ਸਾਨੂੰ ਲੱਗਦਾ ਕਿ ਤੂੰ ਕਿਸੇ ਵਲੀ ਆਤਮਾ ਨੂੰ ਜਿਹੜਾ ਵਾ ਆਪਣੀ ਕੈਦ 'ਚ ਪਾਇਆ ਹੋਇਆ। ਫਿਰ ਬਾਬਰ ਨੇ ਆਣ ਕੇ ਗੁਰੂ ਸਾਹਿਬ ਕੋਲੋਂ ਮਾਫ਼ੀ ਮੰਗੀ ਅਤੇ ਗੁਰੂ ਸਾਹਿਬ ਨੂੰ ਰਿਹਾ ਕਰਨ ਦੀ ਕਿਹਾ, ਪਰ ਗੁਰੂ ਸਾਹਿਬ ਨੇ ਕਿਹਾ ਜੇ ਤੈਨੂੰ ਸਾਨੂੰ ਰਿਹਾ ਕਰਨਾ ਤਾਂ ਤੈਨੂੰ ਬਾਕੀਆਂ ਨੂੰ ਵੀ ਰਿਹਾ ਕਰਨਾ ਪਏਗਾ। ਇਹੀ ਤਰੀਕਾ ਸੀਗਾ ਜਿਵੇਂ ਛੇਵੇਂ ਪਾਤਸ਼ਾਹ ਨੇ ਰਾਜੇ ਕਰਾਏ।